ਪਿਆਰੇ ਦਰਸ਼ਕੋ, ਦੇਸ਼ ਦੀ 65% ਤੋਂ 70% ਸਾਡੀ ਆਬਾਦੀ ਜਿਹੜੀ ਆ ਉਹ ਖੇਤੀ ਦੇ ਨਾਲ ਜੁੜੀ ਹੋਈ ਹੈ ਔਰ ਸਾਡੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਕਈ ਵਾਰ ਕੁਦਰਤੀ ਆਫਤਾਂ ਕਰਕੇ ਸਾਡੀ ਖੇਤੀ ਦਾ ਨੁਕਸਾਨ ਹੋ ਜਾਂਦਾ, ਫਸਲਾਂ ਦਾ ਨੁਕਸਾਨ ਹੋ ਜਾਂਦਾ। ਇਸੇ ਗੱਲ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਕੇਂਦਰ ਸਰਕਾਰ ਨੇ ਸਾਡੇ 2019 ਦੇ ਇੰਟਰਮ ਬਜਟ ਦੇ ਵਿੱਚ ਇੱਕ ਨਵੀਂ ਸਕੀਮ ਦਾ ਐਲਾਨ ਕੀਤਾ ਹੈ, ਜਿਹਦਾ ਨਾਂ ਰੱਖਿਆ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 2019, ਜਾਂ ਥੋੜ੍ਹੇ ਸ਼ਬਦਾਂ 'ਚ ਕਹਿ ਲਈਏ ਆਪਾਂ ਤਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ। ਇਹ ਯੋਜਨਾ ਸ਼ੁਰੂ ਕੀਤੀ ਗਈ ਹੈ, ਇਹਦੇ ਕੀ ਮੰਤਵ ਨੇ ਔਰ ਛੋਟੇ ਔਰ ਜਿਹੜੇ ਸਮਾਨਤ ਮਝਲੇ ਕਿਸਾਨ ਨੇ ਉਹਨਾਂ ਨੂੰ ਇਸ ਸਕੀਮ ਦਾ ਕੀ ਫਾਇਦਾ ਹੋਏਗਾ, ਉਹਦੇ ਬਾਰੇ ਅੱਜ ਅਸੀਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਔਰ ਜਿਹੜੇ ਸਾਡੇ ਕੋਲ ਮੌਜੂਦ ਮਹਿਮਾਨ ਅੱਜ ਸਟੂਡੀਓ ਦੇ ਵਿੱਚ ਆਏ ਨੇ, ਉਹਨਾਂ ਦੀ ਮੈਂ ਇੰਟਰੋਡਕਸ਼ਨ ਜਾਣ ਪਛਾਣ ਤੁਹਾਡੇ ਨਾਲ ਕਰਾ ਦਿਆਂ। ਮੇਰੇ ਨਾਲ ਬੈਠੇ ਨੇ ਡਾਕਟਰ ਨਾਜਰ ਸਿੰਘ, ਜਿਹੜੇ ਕਿ ਮੁੱਖ ਖੇਤੀਬਾੜੀ ਆਫੀਸਰ ਜਲੰਧਰ ਲੱਗੇ ਹੋਏ ਨੇ, ਔਰ ਉਹਨਾਂ ਦੇ ਨਾਲ ਬੈਠੇ ਨੇ ਡਾਕਟਰ ਸੁਰਿੰਦਰ ਸਿੰਘ, ਜਿਹੜੇ ਕਿ ਐਗਰੀਕਲਚਰ ਆਫੀਸਰ ਨੇ, ਜਲੰਧਰ 'ਚ ਤੈਨਾਤ ਨੇ। ਸੋ ਡਾਕਟਰ ਨਾਜਰ ਸਿੰਘ ਔਰ ਡਾਕਟਰ ਸੁਰਿੰਦਰ ਸਿੰਘ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸੰਵਾਦ ਪ੍ਰੋਗਰਾਮ 'ਚ। ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਇਹ ਖੇਤੀ ਦੇ ਨਾਲ ਸਾਡਾ ਜੁੜਿਆ ਹੋਇਆ ਇਹ ਪ੍ਰੋਗਰਾਮ ਹੈ, ਦੇਸ਼ ਪੱਧਰ ਦੇ ਉੱਤੇ ਕੇਂਦਰ ਸਰਕਾਰ ਨੇ ਸ਼ੁਰੂ ਕੀਤਾ ਹੈ, ਮੋਟੇ ਤੌਰ 'ਤੇ ਦੇਖੀਏ ਤਾਂ ਇਸ ਸਕੀਮ ਦਾ ਕੀ ਮੁੱਖ ਮੰਤਵ ਹੈ, ਡਾਕਟਰ ਨਾਜਰ ਸਿੰਘ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ। ਦੇਸ਼ ਦੇ ਸਮਾਨ ਅਤੇ ਛੋਟੇ ਕਿਸਾਨ ਜੀ, ਜਿਨ੍ਹਾਂ ਦਾ ਖੇਤੀ ਕਰਦੇ ਨੇ ਸਾਡੇ ਦੇਸ਼ ਵਿੱਚ, ਇਹਨਾਂ ਦੇ ਖੇਤੀ ਲਾਗਤ ਮੁੱਲ ਵਧਣ ਦੇ ਨਾਲ ਜਿਹੜੇ ਖੇਤੀ ਪ੍ਰੋਫਿਟ ਆ ਉਹ ਜਿਹੜਾ ਬਹੁਤ ਪੂਰਾ ਵੀ ਨਹੀਂ ਹੁੰਦਾ। ਕਈ ਵਾਰੀ ਕਿਸਾਨ ਭਰਾ ਜਿੰਨਾ ਖੇਤੀ ਲਾਗਤ ਲਾਉਂਦੇ ਆ ਉਨਾ ਵੀ ਉਹਨਾਂ ਕੋਲ ਜਿਹੜਾ ਵਾ ਆਮਦਨ ਵਸੂਲ ਨਹੀਂ ਹੁੰਦੀ ਜੀ ਉਹਨਾਂ ਨਾਲ। ਇਸ ਕਰਕੇ ਜਿਹੜਾ ਆਰਥਿਕ ਪੱਧਰ ਆ ਕਿਸਾਨਾਂ ਦਾ ਉਹ ਦਿਨੋਂ ਦਿਨ ਜਿਹੜਾ ਹਾਲਤ ਪਤਲੀ ਹੋ ਰਹੀ ਜਾ ਰਹੀ ਆ। ਜ਼ਿਮੀਂਦਾਰਾਂ ਕਿਸਾਨ ਭਰਾਵਾਂ ਦਾ, ਛੋਟੇ ਕਿਸਾਨਾਂ ਦਾ ਖਾਸ ਕਰਕੇ, ਆਰਥਿਕ ਪੱਧਰ ਉੱਚਾ ਚੁੱਕਣ ਲਈ ਸਰਕਾਰ ਨੇ ਜਿਹੜੀ ਆ ਇਹ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਜਿਹੜੀ ਆ ਉਹ ਲਾਗੂ ਕੀਤੀ ਆ ਜੀ ਜੀ, ਜਿਸ ਤਹਿਤ ਜਿਹੜਾ ਵਾ ਕਿਸਾਨਾਂ ਨੂੰ 6,000 ਰੁਪਈਆ ਸਾਲਾਨਾ ਉਹਨਾਂ ਦੇ ਬਜਟ ਖਾਤਿਆਂ ਵਿੱਚੋਂ ਵਿੱਤੀ ਮਾਲੀ ਸਹਾਇਤਾ ਜਿਹੜੀ ਆ ਪਾਈ ਜਾਣੀ ਹੈ ਸਰਕਾਰ ਵੱਲੋਂ ਜੀ। ਇਹਦੇ ਨਾਲ ਸਰ ਜਿਹੜੇ ਕਿਸਾਨ ਆ ਉਹ ਆਪਣੇ ਫਸਲਾਂ ਦੇ ਬੀਜ ਜਾਂ ਹੋਰ ਜਿਹੜੀ ਆ ਘਰੇਲੂ ਜ਼ਰੂਰਤਾਂ ਉਹ ਪੂਰੀਆਂ ਕਰ ਸਕਦੇ ਆ। ਅਗਲੀ ਫਸਲ ਵਾਸਤੇ ਜਿਹੜਾ ਵਾ ਭਾਵੇਂ ਇਹ ਰਕਮ ਥੋੜ੍ਹੀ ਆ ਪਰ ਫਿਰ ਵੀ ਕਿਸਾਨਾਂ ਵਾਸਤੇ ਬਹੁਤ ਇਹ ਕਾਰਗਰ ਸਿੱਧ ਹੋਊਗੀ। ਕਿਸਾਨ ਜਿਹੜਾ ਇਹ ਫਸਲ ਆਪਣੀ ਬੀਜਣ ਲੱਗੇ ਆ ਇਹ ਥੋੜ੍ਹੀ ਬਹੁਤੀ ਰਾਸ਼ੀ ਦੇ ਨਾਲ ਵੀ ਆਪਣਾ ਜਿਹੜਾ ਵਾ ਕੰਮ ਚਲਾ ਸਕਦੇ। ਬਹੁਤ ਅੱਛੀ ਗੱਲ ਹੈ ਕਿ ਆਪਣੇ ਡਾਕਟਰ ਨਾਜਰ ਸਿੰਘ, ਜਿਸ ਤਰ੍ਹਾਂ ਤੁਸੀਂ ਦੱਸਿਆ ਭਈ ਮੁੱਖ ਮੰਤਵ ਇਹਦਾ ਇਹੀ ਰੱਖਿਆ ਗਿਆ ਕਿ ਜਿਹੜੀ ਖੇਤੀ ਦੇ ਨਾਲ ਸਾਡੀਆਂ ਫਸਲਾਂ ਦਾ ਕਈ ਵਾਰ ਨੁਕਸਾਨ ਹੁੰਦਾ, ਕੁਦਰਤੀ ਆਫਤਾਂ ਆ ਜਾਂਦੀਆਂ ਨੇ, ਅਤੇ ਉਹਦੇ ਲਈ ਜਿਹੜਾ ਜ਼ਿਮੀਂਦਾਰ ਦੇ ਕੋਲ ਬੀਜ ਖਰੀਦਣ ਲਈ ਵੀ ਜਾਂ ਦਵਾਈਆਂ ਖਰੀਦਣ ਲਈ ਵੀ ਉਹਦੇ ਕੋਲ ਪੈਸੇ ਨਹੀਂ ਹੁੰਦੇ। ਸੋ ਇਹ ਜਿਹੜੀ ਅਮਾਊਂਟ ਹੈ 6,000 ਰੁਪਇਆ ਸਾਲ ਦਾ ਉਹਨਾਂ ਨੂੰ ਦਿੱਤਾ ਜਾਏਗਾ। ਸੁਰਿੰਦਰ ਸਿੰਘ ਜੀ, ਦੇਖੋ ਅੰਕੜੇ ਦੱਸਦੇ ਆ ਵੀ ਦੇਸ਼ ਦੇ ਤਕਰੀਬਨ 12 ਕਰੋੜ ਜਿਹੜੇ ਜ਼ਿਮੀਂਦਾਰ ਨੇ ਉਹ ਸਾਡੇ ਛੋਟੇ ਔਰ ਮਝਲੇ ਕਿਸਾਨ ਨੇ। ਇਹ ਜਿਹੜੇ ਕਿਸਾਨ ਨੇ ਇਹਦਾ ਕਿੱਦਾਂ ਲਾਭ ਲੈਣਗੇ, ਇਹਨਾਂ ਦੀ ਕਿੰਨੀ ਜ਼ਮੀਨ ਤੱਕ ਜਿਹੜੇ ਜ਼ਿਮੀਂਦਾਰ ਨੇ ਆਪਾਂ ਇਸ ਸਕੀਮ ਦੇ ਵਿੱਚ ਇੰਕਲੂਡ ਕੀਤੇ ਨੇ ਉਹਦੇ ਲਈ ਕੀ ਕਹਿਣਾ ਚਾਹੂੰ? ਚੋਪੜਾ ਜੀ, ਜਿਹੜੇ ਸਕੀਮ ਦੇ ਅਧੀਨ ਜਿਹੜੇ ਛੋਟੇ ਅਤੇ ਸਮਾਂਤ ਕਿਸਾਨ ਨੇ ਉਹ 5 ਏਕੜ ਤੱਕ ਇਸ ਸਕੀਮ ਦਾ ਜਿਹੜਾ ਉਹ ਵੱਧ ਤੋਂ ਵੱਧ ਲਾਭ ਲੈ ਸਕਦੇ ਨੇ। ਔਰ ਇਹ ਕਿਸਾਨ ਜਿਹੜੇ ਛੋਟੇ ਅਤੇ ਸਮਾਂਤ ਨੇ ਔਰ ਇਹਨੇ ਜਿਹੜੇ ਸਭ ਤੋਂ ਜ਼ਿਆਦਾ ਆਪਣੇ ਜਿਹੜੇ ਸੁਸਾਇਟੀਆਂ ਵਿੱਚ ਜਾ ਕੇ ਆਪਣਾ ਫਾਰਮ ਉੱਥੇ ਸਵੈ ਘੋਸ਼ਣਾ ਭਰ ਕੇ ਉੱਥੇ ਜਮ੍ਹਾਂ ਕਰਾ ਸਕਦੇ ਹੈ। ਔਰ ਇਹ ਜਿਹੜੀ ਤਰੀਕ ਹੈ ਜਿਹੜੀ ਅੱਜ ਦੀ ਲਾਸਟ ਹੈ 25 ਤਰੀਕ, ਉਹ ਅੱਜ ਜਮ੍ਹਾਂ ਕਰਾ ਸਕਦੇ ਨੇ। ਔਰ ਇਹੀ ਜਿਹੜੇ ਫਾਰਮ ਨੇ ਉਹ ਜਿਹੜੇ ਪੋਰਟਲ 'ਤੇ ਚੜ੍ਹ ਕੇ ਔਰ ਇਹ ਇੱਕ ਜਿਹੜੀ ਇਹਦੀ ਬਕਾਇਦਾ ਦੀ ਵੈਬਸਾਈਟ ਹੈ ਉਹ 'ਤੇ ਦਰਜ ਹੋਣਗੇ। ਔਰ ਉਸ ਤੋਂ ਬਾਅਦ ਇਹ ਜਿਹੜੀ ਇਹ ਸਕੀਮ ਇਹ ਛੋਟੇ ਅਤੇ ਸਮਾਂਤ ਜਿਹੜੇ ਕਿਸਾਨਾਂ ਵਾਸਤੇ ਜਿਹੜੀ ਹੈ ਇਹ ਜਿਹੜੀ ਹੈ ਇਹ ਬਹੁਤ ਹੀ ਲਾਹੇਵੰਦ ਹੋ ਸਕਦੀ ਹੈ। ਔਰ ਇਹੀ ਜਿਹੜੀ ਹੈ ਜੋ ਲਿਸਟ ਹੈ ਇਹ ਬਕਾਇਦਾ ਡਿਸਟ੍ਰਿਕਟ ਪੋਰਟਲ 'ਤੇ ਚੜ੍ਹਨ ਤੋਂ ਬਾਅਦ ਇਹਦੀ ਬਕਾਇਦਾ ਵੈਰੀਫਿਕੇਸ਼ਨ ਹੋਏਗੀ ਔਰ ਸੋਸ਼ਲ ਆਡਿਟ ਹੋਏਗਾ। ਉਸ ਤੋਂ ਬਾਅਦ ਇਹ ਜਿਹੜੀ ਹੈ ਜਿਹੜੀ ਡਾਇਰੈਕਟਰ ਫੋਰਮਸ ਜਿਹੜੀ ਹੈ ਉਹ ਲਿਸਟ ਜਿਹੜੀ ਹੈ ਤਿਆਰ ਕਰੇਗਾ। ਇਹਦਾ ਮਤਲਬ ਕਿ ਆਪਣਾ ਅੱਜ ਦਾ ਲਾਸਟ ਦਿਨ ਆ, ਅੱਜ 25 ਫਰਵਰੀ ਹੈ ਔਰ ਅੱਜ ਕਿਸਾਨਾਂ ਨੂੰ ਆਪਣੇ ਜਿਹੜੇ ਇਸ ਸਾਈਟ ਦੇ ਉੱਤੇ ਜਾ ਕੇ ਜਾਂ ਇਸ ਤਰ੍ਹਾਂ ਦੀ ਜਿਹੜੀ ਸਾਰੀ ਆਪਣੇ ਬਾਰੇ ਇਨਫੋਰਮੇਸ਼ਨ ਉਹ ਦੇਣੀ ਜ਼ਰੂਰੀ ਹੈ ਕਿ ਦੇਖੋ ਹੁਣੇ ਅਜੇ ਤਾਂ ਬਜਟ ਆਪਣਾ 1 ਫਰਵਰੀ ਨੂੰ ਇੰਟਰਮ ਬਜਟ ਜਿਹੜਾ ਦਿੱਤਾ ਗਿਆ ਸਰਕਾਰ ਵੱਲੋਂ,
ते 25 ਦਿਨਾਂ ਦੇ ਵਿੱਚ ਕਿੰਨੇ ਕੁ ਲੋਕ ਇਹਦੇ 'ਚ ਆਪਣੇ ਆਪ ਨੂੰ ਇਨਰੋਲ ਕਰਨਗੇ ਔਰ ਉਹਦੇ ਲਈ ਕੀ ਕੱਲ੍ਹ ਨੂੰ ਮੁਸ਼ਕਲ ਆਏਗੀ ਉਹਦੇ ਬਾਰੇ ਵੀ ਮੇਰਾ ਖਿਆਲ ਸਰਕਾਰ ਜ਼ਰੂਰ ਸੋਚੇਗੀ। ਡਾਕਟਰ ਨਾਜਰ ਸਿੰਘ ਜੀ, ਜਦੋਂ ਆਪਾਂ ਦੇਖੋ ਗੱਲ ਕਰਦੇ ਹਾਂ, ਇਹ ਸਕੀਮ ਜਿਹੜੀ ਨਾ 12 ਦਸੰਬਰ 2018 ਤੋਂ ਲਾਗੂ ਉਹਨਾਂ ਨੇ ਕੀਤੀ ਆ, ਅਤੇ ਜਿਹੜੀ ਕਿੰਨੇ ਕੁ ਇਹਦੇ 'ਚ ਪੈਸੇ ਰੱਖੇ ਗਏ ਨੇ ਪਹਿਲੇ ਫੇਜ਼ ਦੇ ਵਿੱਚ ਜ਼ਿਮੀਂਦਾਰਾਂ ਨੂੰ ਦੇਣ ਲਈ, ਕਿਉਂਕਿ 6000 ਆਪਾਂ ਸਾਲ ਦਾ ਰੱਖਿਆ ਅਤੇ ਪਹਿਲੇ ਫੇਜ਼ ਦੇ ਵਿੱਚ ਜਿੱਦਾਂ ਹੁਣ ਮਾਰਚ ਤੱਕ ਸਾਡਾ 31 ਮਾਰਚ ਤਾਈਂ ਸਾਡੀ ਜਿਹੜੀ ਤਿਮਾਹੀ ਖਤਮ ਹੋਣੀ ਆ, ਉਦੋਂ ਤੱਕ ਕਿੰਨੇ ਕਿੰਨੇ ਪੈਸੇ ਰੱਖੇ ਗਏ? ਇਹ ਜਿਹੜੀ ਸਕੀਮ ਆ ਇਹ 8 ਦਸੰਬਰ 2018 ਤੋਂ ਜਿਹੜੀ ਹੈ 31 ਮਾਰਚ 2019 ਤੱਕ ਜਿਹੜੀ ਹੈ ਜੀ, ਇਹਦੇ ਦਰਮਿਆਨ ਜਿਹੜੀ ਹੈ 2000 ਰੁਪਈਆ ਜਿਹੜਾ ਵਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਣਾ ਵਾ ਵਿੱਤੀ ਸਹਾਇਤਾ ਵਜੋਂ ਜੀ। 6000 ਰੁਪਈਆ ਰਾਸ਼ੀ ਜਿਹੜੀ ਹੈ ਸਾਲਾਨਾ ਦੇਣੀ ਆ, ਹਰ 4-4 ਮਹੀਨੇ ਬਾਅਦ 2000 ਰੁਪਈਆ ਜਿਹੜਾ ਵਾ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚੋਂ ਮਾਲੀ ਸਹਾਇਤਾ ਵਜੋਂ ਜਿਹੜਾ ਪਾਇਆ ਜਾਣਾ ਵਾ ਜੀ। ਅਤੇ ਇਹਦੇ ਨਾਲ ਜਿਹੜਾ ਕਿਸਾਨ ਆ ਉਹ ਆਪਣੇ ਜਿਹੜੇ ਪੈਸੇ ਆਪਣੇ ਅਕਾਊਂਟ ਦੇ ਵਿੱਚੋਂ ਜਦੋਂ ਪਾਏ ਜਾਣਗੇ ਕਢਾ ਕੇ ਆਪਣੇ ਜਿਹੜੇ ਖੇਤੀ ਇਨਪੁੱਟ ਖਰੀਦ ਕੇ ਜਿਹੜੀ ਆਪਣੀ ਫਸਲ ਜਿਹੜੀ ਆ ਉਹ ਬਿਜਾਈ ਕਰ ਸਕਦਾ ਵਾ। ਇਹਦਾ ਮਤਲਬ ਤੁਸੀਂ ਦੱਸ ਰਹੇ ਕਿ ਜਿੱਦਾਂ ਅੱਜ ਲਾਸਟ ਡੇਟ ਹੈ ਔਰ ਇਹਦੇ ਵਿੱਚ ਜਿਹੜੇ ਕਿਸਾਨਾਂ ਦੇ ਖਾਤੇ ਉਹਨਾਂ ਨੇ ਆਪਣੇ ਦਿੱਤੇ ਨੇ ਉਹਦੇ ਵਿੱਚ ਇਹ ਪੈਸੇ ਜਿਹੜੇ ਨੇ ਭੇਜੇ ਜਾ ਸਕਦੇ ਨੇ ਔਰ ਉਹਨਾਂ ਦਾ ਉਸ ਚੀਜ਼ ਨੂੰ ਵੈਰੀਫਿਕੇਸ਼ਨ ਨਾਲੋਂ ਨਾਲ ਚੱਲਦੀ ਰਹੇਗੀ ਔਰ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਵੀ ਇਸ ਤਿਮਾਹੀ ਦੇ ਜਿਹੜੇ ਪਾ ਦਿੱਤੇ ਜਾਣਗੇ। ਇਸ ਤਰ੍ਹਾਂ ਵੀ ਇਹ 25 ਅੱਜ ਲਾਸਟ ਦਿਨ ਹੈ, ਅੱਜ ਤੱਕ ਜਿੰਨੇ ਵੀ ਫਾਰਮ ਜਿਹੜੇ ਆ ਸਵੈ ਘੋਸ਼ਣਾ ਪੱਤਰ ਆ ਪ੍ਰਾਪਤ ਹੋ ਗਏ ਜੀ ਜੀ, ਉਹਨਾਂ ਨੂੰ ਇਹ ਪੋਰਟਲ ਦੇ ਉੱਤੇ ਜਿਹੜੀ ਆ PM ਕਿਸਾਨ ਵੱਲੋਂ ਪੋਰਟਲ ਬਣਾਈ ਗਈ ਆ ਉੱਤੇ ਅਪਲੋਡ ਕਰਕੇ। ਅੱਛਾ ਜੀ। ਉਸ ਤੋਂ ਬਾਅਦ ਜਿਹੜੀ ਹੈ ਰੈਵਨਿਊ ਡਿਪਾਰਟਮੈਂਟ ਵੱਲੋਂ ਵੈਰੀਫਿਕੇਸ਼ਨ ਉਪਰੰਤ ਜਿਹੜੇ ਸਹੀ ਪਾਏ ਗਏ ਜਿਨ੍ਹਾਂ ਦਾ ਮਲਕੀਅਤ ਜਿਹੜੀ ਹੈ 5 ਏਕੜ ਤੱਕ ਹੈਗੀ ਵਾਹੀਯੋਗ ਜ਼ਮੀਨ, ਉਹਨਾਂ ਦੇ ਖਾਤਿਆਂ ਦੇ ਵਿੱਚੋਂ ਜਿਹੜੀ ਆ 31 ਮਾਰਚ ਤੋਂ ਪਹਿਲੋਂ ਜਿਹੜੀ ਆ 2000 ਜਿਹੜੀ ਪਹਿਲੀ ਕਿਸ਼ਤ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਊਗੀ। ਅਤੇ ਹੁਣ ਸੁਰਿੰਦਰ ਸਿੰਘ ਜੀ, ਆਪਾਂ ਤੁਹਾਡੇ ਕੋਲ ਜਾਣਦੇ ਹਾਂ ਕਿ ਦੇਖੋ ਕਿਸਾਨਾਂ ਦੀ ਚੋਣ ਲਈ ਸਭ ਤੋਂ ਵੱਡੀ ਗੱਲ ਹੁੰਦੀ ਵੀ ਕਿਹੜਾ ਕਿਸਾਨ ਇਹਦੇ ਵਿੱਚ ਇਸ ਸਕੀਮ ਦੇ ਵਿੱਚ ਇਨਕਲੂਡ ਕੀਤਾ ਜਾਏਗਾ ਜਿਹਨੂੰ ਇਹ ਮਾਲੀ ਸਹਾਇਤਾ ਦਿੱਤੀ ਜਾਏਗੀ ਪੂਰੇ ਸਾਲ ਦੇ ਵਿੱਚ ਔਰ ਇਹਦੇ ਲਈ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੋਣਾ ਚਾਹੀਦਾ ਜਾਂ ਕੀ ਇਹਨਾਂ ਨੇ ਰੱਖਿਆ ਇਸ ਸਕੀਮ ਦੇ ਵਿੱਚ ਜਿਹਦੇ ਨਾਲ ਇੱਕ ਜ਼ਿਮੀਂਦਾਰ ਇਹ ਦੇਖ ਸਕੇ ਵੀ ਮੈਂ ਇਸ ਸਕੀਮ ਦੇ ਵਿੱਚ ਆ ਰਿਹਾ ਤਾਂ, ਜਾਂ ਦੂਸਰਾ ਜ਼ਿਮੀਂਦਾਰ ਜਿਹੜਾ ਮੈਂ ਨਹੀਂ ਆ ਰਿਹਾ ਉਹਦੇ ਲਈ ਕੀ ਕਹਿਣਾ ਚਾਹੂੰਗਾ? ਚੋਪੜਾ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਇਹ ਸਕੀਮ ਜਿਹੜੀ ਛੋਟੇ ਅਤੇ ਸਮਾਂਤ ਕਿਸਾਨਾਂ ਵਾਸਤੇ ਆ ਜਿਨ੍ਹਾਂ ਦਾ ਰਕਬਾ ਜਿਹੜਾ 5 ਏਕੜ ਤੱਕ ਆ, ਇਹਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਆਪ ਕਿਸਾਨ ਪਰਿਵਾਰ ਇਕੱਲਾ ਲਈਏ, ਉਹਦਾ ਮਾਲਕ, ਉਹਦੀ ਘਰਵਾਲੀ ਅਤੇ ਜੇ ਕੋਈ ਨਾਬਾਲਗ ਬੱਚਾ ਹੈ ਉਹ ਇੱਕ ਫੈਮਿਲੀ ਹੈ, ਜੇ ਉਹਨਾਂ ਦੀ ਜ਼ਮੀਨ 5 ਏਕੜ ਤੋਂ ਘੱਟ ਹੈ ਤਾਂ ਉਹ ਇਸ ਸਕੀਮ ਦਾ ਜਿਹੜਾ ਫਾਇਦਾ ਉਹ ਲੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਫੈਮਿਲੀ ਦੇ ਮੈਂਬਰ ਜ਼ਿਆਦਾ ਹਨ, ਦਾ ਉਹਨਾਂ ਦੀ ਜ਼ਮੀਨ ਮੰਨ ਲਓ 10 ਹੈਕਟੇਅਰ ਹੈ ਔਰ ਫੈਮਿਲੀ ਮੈਂਬਰ ਜਿਹੜੇ 5 ਹਨ ਔਰ ਉਹਨਾਂ ਦੀ ਜਿਹੜੀ ਜ਼ਮੀਨ ਹੈ ਜਿੱਦਾਂ 1-1 ਏਕੜ ਜਾਂ 2-2 ਏਕੜ ਹੈ ਤਾਂ ਉਹਨਾਂ ਦੇ ਨਾਂ 'ਤੇ ਹੈ ਤਾਂ ਉਹ ਇਹ ਜਿਹੜੀ ਇਸ ਸਕੀਮ ਦਾ ਉਹਨਾਂ ਦੇ ਇਸ ਹਰ ਇੱਕ ਦਾ ਫਾਇਦਾ, ਹਰ ਇੱਕ ਸੇ ਜਿਹੜਾ ਇਹ ਪਰਿਵਾਰ ਜਿਹੜਾ ਉਹ ਫਾਇਦਾ ਲੈ ਸਕਦਾ ਹੈ। ਇਸੇ ਤਰ੍ਹਾਂ ਹੀ ਆਪਾਂ ਜੇ ਮੰਨ ਲਓ ਲੈ ਲਈਏ ਵੀ ਜੇ ਕਿਸਾਨ ਇੱਕ ਜਿਹੜੀ ਫਾਰਮਿੰਗ ਫੈਮਿਲੀ ਹੈ ਉਹਦੇ ਵਿੱਚ ਜੇ ਕਿਸਾਨ ਜਿਹੜੇ ਹਨ ਉਹ ਆਪਣੇ ਫਾਰਮਿੰਗ ਫੈਮਿਲੀ ਦੇ ਵਿੱਚ 12 ਤੋਂ ਜ਼ਿਆਦਾ ਹਨ ਔਰ ਇੱਕ ਕਿਸਾਨ ਦੀ ਜਿਹੜੀ ਹੈ 5.5 ਏਕੜ ਜ਼ਮੀਨ ਹੈ ਔਰ ਕਿਸੇ ਦੂਸਰਿਆਂ ਦੀ ਜਿਹੜੀ ਹੈ ਉਹ ਕਿਸੇ ਦੀ 1.5 ਏਕੜ ਹੈ ਜਾਂ 2 ਏਕੜ ਹੈ ਔਰ 5-5.5 ਏਕੜ ਤੋਂ ਇਲਾਵਾ ਜਿਹੜੇ ਦੂਸਰੇ ਜਿਹੜੇ ਹਨ ਉਹ ਇਹ ਕਿਸਾਨ ਜਿਹੜੇ ਫਾਇਦਾ ਲੈ ਸਕਦੇ ਹਨ। ਇਹਦੇ ਵਿੱਚ ਜੇ ਆਪਾਂ ਦੇਖੀਏ ਕਿ ਤੁਸੀਂ ਦੱਸਿਆ ਵੀ 5 ਏਕੜ ਤੱਕ ਜਿਹੜੀ ਜ਼ਮੀਨ ਹੈ ਇੱਕ ਪਰਿਵਾਰ ਦੇ ਕੋਲ ਹੋਣੀ ਚਾਹੀਦੀ ਆ, ਅਤੇ ਇਹਦਾ ਮਤਲਬ ਜਿਹੜਾ 6000 ਰੁਪਈਆ ਦੇਣਾ ਜੇ ਕਿਸੇ ਦੀ 1 ਏਕੜ ਆ ਤਾਂ ਉਹਨੂੰ ਵੀ 6000 ਰੁਪਇਆ ਸਾਲ ਦਾ, ਅਤੇ ਜੇ ਕਿਸੇ ਦੀ 5 ਏਕੜ ਆ ਤਾਂ ਉਹਨੂੰ ਵੀ 6000 ਰੁਪਇਆ, ਇਹਦੇ ਦੇ ਉੱਤੇ ਕੁਛ ਕਲੈਰੀਫਾਈ ਕਰਨਾ ਚਾਹੋਗੇ? ਹਾਂ ਬਿਲਕੁਲ ਜੀ, ਜੇ 1 ਏਕੜ ਆ ਜ਼ਮੀਨ ਤਾਂ ਉਹ ਕਿਸਾਨ ਹੈ, ਫੈਮਿਲੀ ਹੈ ਔਰ ਉਹਨੂੰ ਵੀ 6000 ਰੁਪਇਆ ਹੀ ਮਿਲੇਗਾ ਔਰ ਜਿਹਦੀ 5 ਏਕੜ ਤੋਂ ਥੱਲੇ ਹੈ ਉਸਨੂੰ ਵੀ ਉਨੀ ਹੀ ਰਕਮ ਦੇ ਹਿਸਾਬ ਨਾਲ ਉਹਨੂੰ ਮਿਲੇਗਾ। ਠੀਕ ਨਾਜਰ ਸਿੰਘ ਜੀ, ਦੇਖੋ ਜਦੋਂ ਕੋਈ ਵੀ ਸਕੀਮ, ਕੋਈ ਵੀ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ ਕੇਂਦਰ ਸਰਕਾਰ ਵੱਲੋਂ ਤਾਂ ਉਹਦੇ ਵਿੱਚ ਸਾਡੇ ਜ਼ਿਮੀਂਦਾਰ ਜਾਂ ਹੁਣ ਇਹਦੇ ਨਾਲ ਤਾਂ ਸਾਡੇ ਜ਼ਿਮੀਂਦਾਰ ਇਸ ਸਕੀਮ ਦੇ ਨਾਲ ਜੁੜੇ ਹੋਏ ਨੇ ਔਰ
कई बार ये महसूस होंगे पता नहीं लगता कि कितने आप जाके अप्लाई करना किदे कोलो फॉर्म मिलना वो चक्कर कटते हैं कभी बैंकों च जाते हैं कभी कई होर दफ्तर के जाते हैं और उत्थे कई बार ये जिहड़ा महकमे के लोग कहें जी साढ़े को फॉर्म आया नहीं जे अप्लाई करने साड़ी की स्कीम है किदा अप्लाई करना पेगा या फॉर्म वगैरह कितों मिल रहा है ये जी स्कीम है चोपड़ा जी 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 स्कीम है ये खेतीबाड़ी सरकारी सेवा जी है वो जे स्वै घोषणा पत्र अवेलेबल है किसान भरा जिहड़े आ उत्थों जाके अपना स्वै घोषणा पत्र लैके अपनी इनफॉर्मेशन जिहड़ी आ उहदे विच पूरी भर के जी जी जिस तरह मोबाइल नंबर आ आधार कार्ड उहदे नाल लगेगा ते बैंक का अकाउंट नंबर वह सारी जानकारी भर के अपनी जिहड़ा सैकटरी जिहड़ा सभा का उहदे कोल जमा करवा सकदे आ। इस स्कीम दे विच कई जिहड़े परिवार मुखी घर दे विच नहीं रहिंदे ਜਾਂ ਉਹ ਘਰ ਤੋਂ ਦੂਰ ਆ ਜੀ ਜੀ ਉਹਨਾਂ ਦਾ ਜਿਹੜਾ ਪਰਿਵਾਰ ਮੈਂਬਰ ਆ ਜਿਸ ਤਰ੍ਹਾਂ ਉਹਦੀ ਵਾਈਫ ਆ ਜਾਂ ਉਹਦਾ ਲੜਕਾ ਜਿਹਦੀ ਉਮਰ 18 ਸਾਲ ਤੋਂ ਵੱਧ ਆ ਉਹ ਭਰ ਕੇ ਇਹ ਫਾਰਮ ਜਿਹੜਾ ਸਵੈ ਘੋਸ਼ਣਾ ਪੱਤਰ ਆ ਉਹ ਭਰ ਕੇ ਆਪਣੀ ਪੂਰੀ ਉਹ ਜਿਹੜੇ ਆਪਣੇ ਵੱਲੋਂ ਜਿਹੜੀ ਆ ਉਹ ਸੈਕਟਰੀ ਕੋਲ ਜਮ੍ਹਾਂ ਕਰਵਾ ਸਕਦਾ ਵਾ। ਸੈਕਟਰੀ ਜਿਹੜਾ ਵਾ ਪੋਰਟਲ ਦੇ ਉੱਤੇ ਜਿਹੜਾ PM ਕਿਸਾਨ ਪੋਰਟਲ ਦੇ ਉੱਤੇ ਉਹਨੂੰ ਅਪਲੋਡ ਕਰ ਦੇਗਾ ਜੀ ਜੀ ਉਸ ਤੋਂ ਬਾਅਦ ਉਹਦੀ ਵੇਰੀਫਿਕੇਸ਼ਨ ਉਪਰੰਤ ਜਿਹੜਾ ਵਾ ਉਹਨਾਂ ਦੇ ਜਿਹੜੇ ਪੈਸੇ ਆ 2000 ਰੁਪਈਆ ਇਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਸਰਕਾਰ ਵੱਲੋਂ ਜਮ੍ਹਾਂ ਕਰਵਾ ਦਿੱਤਾ ਜਾਏਗਾ। ਜਿਹੜੀ ਦੇਖੋ ਤੁਸੀਂ ਸੁਸਾਇਟੀ ਦੀ ਗੱਲ ਕੀਤੀ ਹੈ ਸਹਿਕਾਰੀ ਸਭਾਵਾਂ ਨੇ ਪਿੰਡਾਂ ਦੇ ਵਿੱਚ ਆਪਣੀਆਂ ਬਣੀਆਂ ਔਰ ਬਹੁਤ ਸਾਡੇ ਕਾਫੀ ਜ਼ਿਮੀਂਦਾਰ ਜਿਹੜੇ ਨੇ ਉਹ ਇਸ ਸਹਿਕਾਰੀ ਸਭਾਵਾਂ ਦੇ ਮੈਂਬਰ ਨੇ। ਜਿਹੜਾ ਕੋਈ ਮੈਂਬਰ ਆ ਉਹ ਤਾਂ ਆਪਣਾ ਇਹ ਜਿਹੜਾ ਫਾਰਮ ਲੈ ਕੇ ਐਲੀਜੀਬਿਲਟੀ ਕ੍ਰਾਈਟੇਰੀਆ ਉਹ ਲੈ ਕੇ ਉਹਨਾਂ ਕੋਲ ਜਾ ਸਕਦਾ। ਜੇ ਕੋਈ ਜ਼ਿਮੀਂਦਾਰ ਇਹਦਾ ਮੈਂਬਰ ਨਹੀਂ ਹੈ ਕੋਆਪਰੇਟਿਵ ਸੁਸਾਇਟੀ ਦਾ ਉਹਨੂੰ ਕੀ ਕਰਨਾ ਚਾਹੀਦਾ? ਚੋਪੜਾ ਜੀ ਜਿਹੜਾ ਜ਼ਿਮੀਂਦਾਰ ਇਹ ਸਭਾ ਦਾ ਮੈਂਬਰ ਨਹੀਂ ਹੈਗਾ ਜੀ ਉਹਦੀ ਜ਼ਮੀਨ ਜਿਹੜੀ 5 acres ਤੱਕ ਹੀ ਆ ਠੀਕ ਹੈ ਉਹ ਵੀ ਆਪਣਾ ਜਿਹੜਾ ਸਵੈ ਘੋਸ਼ਣਾ ਸੁਸਾਇਟੀ ਦੇ ਵਿੱਚੋਂ ਸੈਕਟਰੀ ਕੋਲੋਂ ਲੈ ਕੇ ਸਵੈ ਘੋਸ਼ਣਾ ਪੱਤਰ ਭਰ ਕੇ ਆਪਣੀ ਇਨਫੋਰਮੇਸ਼ਨ ਪੂਰੀ ਉਹ ਭਰ ਕੇ ਉਹਦੇ ਵਿੱਚ ਜਮ੍ਹਾਂ ਕਰਵਾ ਸਕਦਾ ਉਹ ਵੀ ਇਸ ਸਕੀਮ ਦਾ ਪੂਰਾ ਬੈਨੀਫਿਟ ਲੈ ਸਕਦਾ। ਠੀਕ ਹੈ ਇਹਦਾ ਮਤਲਬ ਕਿ ਉਹਨੂੰ ਇਸ ਚੀਜ਼ ਦੇ ਲਈ ਨਹੀਂ ਮੁਸ਼ਕਲ ਆਏਗੀ ਕਿ ਉਹ ਮੈਂਬਰ ਨਹੀਂ ਆ ਜ਼ਰੂਰੀ ਨਹੀਂ ਸਭਾ ਦਾ ਮੈਂਬਰ ਹੋਣਾ ਜਿਹੜਾ ਜ਼ਿਮੀਂਦਾਰ ਲੈਣਾ ਵਾ ਕੋਈ ਵੀ ਜਿਹੜਾ 5 acres ਜਿਹਦੇ ਕੋਲ 5 acres ਤੋਂ ਘੱਟ ਜ਼ਮੀਨ ਹੈ ਤਾਂ ਉਹ ਇਹਦੇ ਵਿੱਚ ਲਿਆ ਜਾਏਗਾ। ਅਤੇ ਆਪਣਾ ਸੁਰਿੰਦਰ ਸਿੰਘ ਜੀ ਜਦੋਂ ਦੇਖੋ ਇਹਨਾਂ ਨੇ ਗੱਲ ਕੀਤੀ ਆ ਪੋਰਟਲ ਵਗੈਰਾ ਆਪਣੇ ਆ ਮੁੱਖ ਤੌਰ ਦੇ ਉੱਤੇ ਜਿਹੜੇ ਡਾਕੂਮੈਂਟਸ ਨੇ ਉਹ ਕੀ ਨੇ ਆਪਣੇ ਕੋਲ ਜਿਹੜੇ ਇਸ ਸਕੀਮ ਦੇ ਵਿੱਚ ਜਿਹੜੇ ਜ਼ਿਮੀਂਦਾਰ ਨੂੰ ਕਿੱਥੋਂ ਮਿਲ ਸਕਦੇ ਨੇ? ਔਰ ਸਾਰੇ ਦੇਖੋ ਜਿਹੜਾ ਆਧਾਰ ਕਾਰਡ ਆ ਉਹ ਕਈ ਲੋਕਾਂ ਦਾ ਬਣਿਆ ਕਈ ਲੋਕਾਂ ਦਾ ਨਹੀਂ ਬਣਿਆ ਜਾਂ ਇਹਦੇ ਨਾਲ ਹੋਰ ਚੀਜ਼ਾਂ ਨੇ ਕਈ ਜਿਹੜੀਆਂ ਡਾਕੂਮੈਂਟਸ ਦੀ ਮੁਸ਼ਕਲ ਨਾ ਆਵੇ ਉਹ ਕੀ ਮੁੱਢਲ ਤੌਰ ਦੇ ਉੱਤੇ ਹਰ ਜ਼ਿਮੀਂਦਾਰ ਨੂੰ ਆਪਣੇ ਕੋਲ ਲੈ ਕੇ ਜਾਣਾ ਪਏਗਾ ਔਰ ਉਹਦੇ ਤਦੇ ਉਹਦੀ ਐਂਟਰੀ ਹੋਏਗੀ? ਦੇਖੋ ਜਦੋਂ ਸਵੈ ਘੋਸ਼ਣਾ ਫਾਰਮ ਭਰਿਆ ਜਾਣਾ ਹੈ ਉਹਦੇ ਨਾਲ ਆਪਣਾ ਜੇਕਰ ਆਧਾਰ ਕਾਰਡ ਕਿਸੇ ਕਰਕੇ ਨਹੀਂ ਬਣਿਆ ਤਾਂ ਉਹ ਆਪਣਾ ID ਵਗੈਰਾ ਜਿਹੜਾ ਕੋਈ ਡਰਾਈਵਿੰਗ ਲਾਇਸੈਂਸ ਹੈ ਜਾਂ ਕੋਈ ਹੋਰ ਕੋਈ ID ਕਾਰਡ ਹੈ ਉਹ ਜਾਂ ਨਾਲ ਹੀ ਜ਼ਮੀਨ ਜਿਹੜੇ ਦਾ ਜਿਹੜਾ ਕੋਈ ਰਿਕਾਰਡ ਹੈ ਉਹ ਆਪਣੀ ਫਰਦ ਵਗੈਰਾ ਉਹ ਲਿਜਾ ਕੇ ਨਾਲ ਉੱਥੇ ਜਮ੍ਹਾਂ ਕਰਾ ਸਕਦਾ ਹੈ ਔਰ ਇਹ ਫਾਰਮ ਜਿਹੜਾ ਔਰ ਜਿਹੜਾ ਜਾ ਕੇ ਉੱਥੇ ਜਿਹੜਾ ਸੁਸਾਇਟੀ ਦਾ ਜਿਹੜਾ ਸਭਾ ਦਾ ਸਕੱਤਰ ਹੈ ਉਹ ਉਹਨਾਂ ਨੂੰ ਜਮ੍ਹਾਂ ਕਰਾ ਸਕਦਾ। ਠੀਕ ਹੈ ਇਹਦਾ ਮਤਲਬ ਕਿ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਣ ਦੀ ਕੋਈ ਸੰਭਾਵਨਾ ਨਹੀਂ ਆ ਵੀ ਉਹ ਆਪਣਾ ਜਿਹੜਾ ਘੋਸ਼ਣਾ ਪੱਤਰ ਆ ਉਹ ਪੂਰਾ ਕਰਕੇ ਭਰ ਕੇ ਸਭਾ ਦੇ ਕੋਲ ਚਲੇ ਜਾਏ ਔਰ ਉਹਨੂੰ ਉਹਦੇ ਵਿੱਚ ਸਾਰੀ ਦੀ ਸਾਰੀ ਜਦੋਂ ਇਨਰੋਲ ਹੋ ਜਾਂਦਾ ਤਾਂ ਉਹਨੂੰ ਉਹਦੇ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ ਜਿਸ ਤਰ੍ਹਾਂ ਵੀ ਸਰਕਾਰ ਦੀ ਸਕੀਮ ਦੇ ਮੁਤਾਬਕ। ਹੁਣ ਜੇ ਆਪਾਂ ਦੇਖੀਏ ਕਿ ਸਰਕਾਰ ਨੇ 2022 ਤੱਕ ਡਾਕਟਰ ਨਾਜਰ ਸਿੰਘ ਜੀ ਇਹ ਟੀਚਾ ਰੱਖਿਆ ਕਿ ਆਪਾਂ ਜ਼ਿਮੀਂਦਾਰਾਂ ਦੀ ਜਿਹੜੀ ਆਮਦਨੀ ਆ ਉਹ ਦੁੱਗਣੀ ਕਰਨੀ। ਹੁਣ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਕਈ ਬਹੁਤ ਕਿਸਾਨ ਜਿਹੜੇ ਨੇ ਦੇਸ਼ ਪੱਧਰ ਦੇ ਉੱਤੇ ਖੁਦਕੁਸ਼ੀਆਂ ਕਰ ਰਹੇ ਨੇ ਜਦੋਂ ਉਹਨਾਂ ਦਾ ਕੋਈ ਬਿਲਕੁਲ ਇੰਨਾ ਫਸਲ ਦਾ ਨੁਕਸਾਨ ਹੋ ਜਾਂਦਾ ਤਾਂ ਇਸ ਸਕੀਮ ਦਾ ਜਿਹੜਾ ਹੈਗਾ ਪੂਰਾ ਕਰਨ ਲਈ ਜਦੋਂ ਤੋਂ ਇਹ ਸਕੀਮ ਹੁਣ ਲਾਗੂ ਹੋਈ ਆ ਅਤੇ ਉਹਦੇ ਨਾਲ ਤੁਸੀਂ ਕੀ ਸਮਝਦੇ ਹਾਂ ਵੀ ਮਦਦ ਮਿਲੇਗੀ ਜ਼ਿਮੀਂਦਾਰਾਂ ਨੂੰ ਖੁਦਕੁਸ਼ੀਆਂ ਦੇ ਵਿੱਚ ਕੋਈ ਕਮੀ ਆਏਗੀ? ਚੁੱਪੜਾ ਜੀ ਦੇਖੋ ਜੀ ਇਹ ਜਿਹੜੀ ਸਕੀਮ ਹੈ ਜੀ ਇਹ ਜ਼ਿਮੀਂਦਾਰ ਦੀ ਮਾਲੀ ਸਹਾਇਤਾ ਵਾਸਤੇ ਤਿਆਰ ਕੀਤੀ ਗਈ ਸਰਕਾਰ ਵੱਲੋਂ। ਠੀਕ ਹੈ। ਕਈ ਵਾਰ ਜ਼ਿਮੀਂਦਾਰ ਵਿਚਾਰੇ ਜਦੋਂ ਆਪਣੀ ਫਸਲ ਬੀਜਦੇ ਆ ਕੋਈ ਕੁਦਰਤੀ ਆਫਤ ਆ ਜਾਂਦੀ ਆ ਜੀ ਜੀ ਕੋਈ ਬਿਮਾਰੀ ਪੈ ਜਾਂਦੀ ਆ ਉਹ ਜਦੋਂ ਆਪਣਾ ਲਾਗਤ ਮੁੱਲ ਵੀ ਨਹੀਂ ਰਿਕਵਰ ਕਰਦੇ ਠੀਕ ਹੈ ਅਤੇ ਉਹਦੇ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਮਜੂਸੀ ਛਾ ਜਾਂਦੀ ਆ ਜਿਸ ਕਰਕੇ ਉਹ ਆਤਮ ਹੱਤਿਆ ਲਈ ਮਜਬੂਰ ਹੁੰਦੇ ਆ। ਠੀਕ ਹੈ। ਜਦੋਂ ਇਸ ਸਹਾਇਤਾ ਦੇ ਨਾਲ ਉਹਨੂੰ ਕੁਝ ਨਾ ਕੁਝ ਬੈਨੀਫਿਟ ਮਿਲੂਗਾ 6000 rupees ਮਿਲੂਗਾ ਉਹਨੂੰ ਕੁਝ ਨਾ ਕੁਝ ਸਰਕਾਰ ਵੱਲੋਂ ਰਾਹਤ ਮਿਲੇ ਜਾਵੇਗੀ ਉਹਦਾ ਕਰਕੇ ਉਹਨਾਂ ਦਾ ਜਿਹੜਾ ਆਰਥਿਕ ਪੱਧਰ ਵੀ ਜਿਹੜਾ ਵਾ ਉਹਨਾਂ ਦਾ ਉੱਚਾ ਹੋਏਗਾ ਇਸ ਸਕੀਮ ਦੇ ਨਾਲ।
ਇਹਦੇ ਨਾਲ ਇਸ ਸਕੀਮ ਦੇ ਵਿੱਚ ਇਹਦਾ ਮਤਲਬ ਕਿ ਇੰਨੇ ਪੈਸੇ ਮਿਲਣ ਦੇ ਨਾਲ ਹੋ ਸਕਦਾ ਕੱਲ੍ਹ ਨੂੰ ਸਰਕਾਰ ਇਹ ਸੋਚੇ ਕਿ ਇੰਨੇ ਜਿਹੜੇ 5 ਏਕੜ ਤੱਕ ਦੀ ਜ਼ਮੀਨ ਤੱਕ ਦੇ ਮਾਲਕ ਨੇ ਉਹਨਾਂ ਨੂੰ ਇਹ ਜਿਹੜਾ 6,000 ਰੁਪਇਆ ਦੇਸ਼ ਪੱਧਰ ਦੇ ਉੱਤੇ ਜਾਂ 1 ਸਾਲ ਦੇ ਵਿੱਚ ਕੋਈ ਜ਼ਿਆਦਾ ਪੂਰਾ ਬਹੁਤਾ ਲਾਭ ਨਹੀਂ ਹੁੰਦਾ ਅਤੇ ਹੋ ਸਕਦਾ ਇਹ ਜਿਹੜੀ ਅਮਾਊਂਟ ਆ ਵਧਾਈ ਵੀ ਜਾ ਸਕਦੀ ਆ ਤਾਂ ਕਿ ਕਿਉਂਕਿ ਅੱਜ ਆਪਾਂ ਦੇਖਦੇ ਹਾਂ ਕਿ ਸੀਡ ਵੀ ਬੜੇ ਮਹਿੰਗੇ ਨੇ, ਬੀਜ ਜਿਹੜੇ ਨੇ ਸਾਨੂੰ ਵਧੀਆ ਜਿਹੜੇ ਫਸਲ ਦੇ ਮਿਲਦੇ ਨੇ, ਔਰ ਦਵਾਈਆਂ ਵੀ ਬੜੀਆਂ ਮਹਿੰਗੀਆਂ ਨੇ, ਪੈਸਟੀਸਾਈਡ ਉਹ ਤੋਂ ਬਗੈਰ ਵੀ ਸਾਡਾ ਸਰਦਾ ਨਹੀਂ ਆ। ਸੋ ਇਸ ਚੀਜ਼ ਬਾਰੇ ਵੀ ਸੋਚਿਆ ਜਾ ਸਕਦਾ। ਔਰ ਜਿੱਥੇ ਇਹ ਸੁਰਿੰਦਰ ਸਿੰਘ ਜੀ ਕਈ ਦੇਖੋ ਆਪਣਾ ਲੋਕਾਂ ਦੇ ਨਾਂ ਦੇ ਉੱਤੇ ਜ਼ਮੀਨ ਨਹੀਂ ਹੁੰਦੀ, ਫਰਜ਼ ਨਹੀਂ ਉਹਨਾਂ ਦੇ ਉੱਤੇ ਨਾਂ ਦੇ ਉੱਤੇ, ਜਾਂ ਪਟਵਾਰੀ ਦੇ ਕੋਲ ਜ਼ਮੀਨ ਨਹੀਂ ਚੜੀ ਹੋਈ ਉਹ ਉਹਨਾਂ ਦੇ ਬਾਪ ਦੇ ਦਾਦੇ ਦੇ ਨਾਂ ਦੇ ਉੱਤੇ ਹੀ ਚੱਲੀ ਆਉਂਦੀ ਆ, ਜਾਂ ਕੁਛ ਜਿਹੜੇ ਜ਼ਿਮੀਂਦਾਰ ਨੇ ਉਹ ਠੇਕੇ ਦੇ ਉੱਤੇ ਜ਼ਮੀਨ ਦੇ ਦਿੰਦੇ ਨੇ, ਆਪ ਨਹੀਂ ਵਾਹੁੰਦੇ। ਅਤੇ ਇਹੋ ਜਿਹੇ ਕੇਸ ਦੇ ਵਿੱਚ ਕੋਈ ਕਲੀਅਰ ਹੋਇਆ ਵੀ ਇਹਨਾਂ ਲੋਕਾਂ ਨੂੰ ਕੋਈ ਇਸ ਸਕੀਮ ਦਾ ਫਾਇਦਾ ਮਿਲੇਗਾ ਜਾਂ ਨਹੀਂ? ਚੋਪੜਾ ਸਾਹਿਬ, ਜਿਹੜੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਬਾਪ ਦਾਦੇ ਦੇ, ਉਹ ਤੁਹਾਨੂੰ ਇਹ ਸਕੀਮ ਦੇ ਵਿੱਚ ਸਿੱਧਾ ਹੀ ਦੱਸਿਆ ਕਿ ਕਿਸਾਨ ਜਿਹੜਾ ਪਰਿਵਾਰ ਆ ਜੀ ਇਹਦੇ ਵਿੱਚ ਮਾਈਕ ਸਹਾਇਤਾ ਦਿੱਤੀ ਜਾਣੀ ਹੈ, ਔਰ ਉਹ ਜੇਕਰ ਜਿਹੜੇ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦੇ ਹਨ ਉਹਨਾਂ ਨੂੰ ਇਹਦੇ ਵਿੱਚ ਸਹਾਇਤਾ ਨਹੀਂ ਮਿਲਣੀ, ਕਿਉਂਕਿ ਜਿਹੜੇ ਮਾਲਕ ਨੇ ਕਿਸਾਨ ਪਰਿਵਾਰ ਨੇ ਉਹਨਾਂ ਨੂੰ ਹੀ ਇਹਦੇ ਵਿੱਚ ਸਹਾਇਤਾ ਦਿੱਤੀ ਜਾਣੀ ਹੈ। ਜਿਹੜੇ ਖੁਦ ਕਿਸਾਨੀ ਕਰ ਰਹੇ ਨੇ, ਖੇਤੀ ਕਰ ਰਹੇ ਨੇ, ਉਹਨਾਂ ਨੂੰ ਇਹਦਾ ਜਿਹੜਾ ਹੈ ਲਾਭ ਦਿੱਤਾ ਜਾਏਗਾ। ਸੋ ਇਸ ਸਕੀਮ ਦੇ ਵਿੱਚ ਇਹ ਬਿਲਕੁਲ ਕਲੀਅਰ ਹੈ ਕਿ ਆਪਾਂ ਦੂਸਰੇ ਕਿਸੇ ਨੂੰ ਆਪਾਂ ਠੇਕੇ ਦੇ ਉੱਤੇ ਜ਼ਮੀਨ ਦਿੱਤੀ ਹੈ ਤਾਂ ਉਹਦੇ ਵਿੱਚ ਜਿਹੜਾ ਲਾਭ ਹੈ ਉਹ ਨਹੀਂ ਮਿਲੇਗਾ। ਸੋ ਹੁਣ ਜੇ ਆਪਾਂ ਗੱਲ ਕਰਦੇ ਹਾਂ, ਕਈ ਡਾਕਟਰ ਨਾਜਰ ਸਿੰਘ ਜੀ, ਕਈ ਜ਼ਿਮੀਂਦਾਰ ਨੇ ਉਹ ਸਰਕਾਰੀ ਨੌਕਰੀ ਕਰਦੇ ਨੇ, ਉਹਨਾਂ ਦੇ ਨਾਂ ਦੇ ਉੱਤੇ ਜ਼ਮੀਨ ਹੈ, ਉਹ ਆਪਣੀ ਖੇਤੀ ਵੀ ਕਰਦੇ ਆ, ਕੋਈ ਛੋਟੀਆਂ ਮੋਟੀਆਂ ਜਿਹੜੀਆਂ ਨੇ ਉਹਨਾਂ ਦੀਆਂ ਨੌਕਰੀ ਆ ਉਹ ਵੀ ਆਪਣਾ ਉਹ ਕਰਦੇ ਨੇ। ਕਿਉਂਕਿ ਦੇਖੋ ਕਈ ਪਾਸੇ ਆਪਾਂ ਨੂੰ ਚੰਗਾ ਖਰਚਾ ਆਪਣਾ ਕਰਨ ਲਈ, ਪਰਿਵਾਰ ਨੂੰ ਤੋਰਨ ਲਈ, ਸਟੈਂਡਰਡ ਆਫ ਲਿਵਿੰਗ ਨੂੰ ਠੀਕ ਕਰਨ ਲਈ ਕਈ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਨੇ। ਜਿਹੜੇ ਇੱਦਾਂ ਸਰਕਾਰੀ ਕਰਮਚਾਰੀ ਨੇ ਉਹਨੇ ਉਹ ਵੀ ਇਸ ਸਕੀਮ ਦੇ ਵਿੱਚ ਇਨਕਲੂਡ ਕੀਤੇ ਗਏ ਵੀ ਉਹਨਾਂ ਨੂੰ ਵੀ ਆਪਾਂ ਦੇਵਾਂਗੇ ਜਾਂ ਇਹ ਨਹੀਂ ਉਹਨਾਂ ਨੂੰ ਮਿਲੇਗਾ? ਚੋਪੜਾ ਜੀ, ਇਸ ਸਕੀਮ ਦੇ ਵਿੱਚ ਦਰਜਾ 4 ਕਰਮਚਾਰੀ ਜਾਂ ਗਰੁੱਪ ਡੀ ਦੇ ਜਿਹੜੇ ਕਰਮਚਾਰੀ ਹੈ, ਅੱਛਾ ਜੀ, ਉਹ ਇਸ ਸਕੀਮ ਦੇ ਵਿੱਚ ਸ਼ਾਮਿਲ ਕੀਤੇ ਗਏ ਆ। ਠੀਕ ਹੈ। ਜਿਹੜੇ ਸੇਵਾ ਮੁਕਤ ਕਰਮਚਾਰੀ ਆ, ਜਿਹੜੇ ਜਾਂ ਪੈਨਸ਼ਨਰ ਆ ਜਿਨ੍ਹਾਂ ਦੀ ਪੈਨਸ਼ਨ 10,000 ਰੁਪਏ ਤੋਂ ਘੱਟ ਆ, ਉਹ ਵੀ ਜਿਹੜੇ ਆ ਸਰਕਾਰੀ ਕਰਮਚਾਰੀ ਆ, ਇਸ ਸਕੀਮ ਦਾ ਇਲਾਵਾ ਫਾਇਦਾ ਲੈ ਸਕਦੇ ਆ। ਜਿਹੜੇ ਸਰਕਾਰੀ ਕਰਮਚਾਰੀ ਆ ਜਾਂ ਇਨਕਮ ਕਰਦਾਤਾ ਵਾ, ਉਹ ਜਿਹੜੇ ਆ ਇਸ ਸਕੀਮ ਦੇ ਦਾਇਰੇ ਵਿੱਚ ਨਹੀਂ ਆਉਂਦੇ। ਜਿਸ ਤਰ੍ਹਾਂ ਕੋਈ ਮੰਤਰੀ ਆ ਜਾਂ ਚੇਅਰਮੈਨ ਆ ਜਾਂ ਕੋਈ MLA ਆ ਜੀ ਜੀ, ਉਹ ਵੀ ਜਿਹੜੇ ਆ ਇਸ ਦਾਇਰੇ ਦੇ ਵਿੱਚ ਜਿਹੜੇ ਰਹਿ ਚੁੱਕੇ ਆ ਜਾਂ ਜਿਹੜੇ ਇਸ ਅਹੁਦਿਆਂ 'ਤੇ ਮੌਜੂਦਾ ਕਰ ਰਹੇ ਆ, ਅਹੁਦਾ ਨਿਭਾ ਰਹੇ ਆ, ਉਹ ਵੀ ਜਿਹੜੇ ਇਸ ਦਾਇਰੇ ਦੇ ਵਿੱਚ ਨਹੀਂ ਆਉਂਦੇ। ਉਹਦੇ ਵਿੱਚ ਇਹ ਵੀ ਕਹਿੰਦੇ ਕੀਤਾ ਗਿਆ ਕਿ ਜਿਹੜੇ ਸਰਕਾਰੀ ਕਰਮਚਾਰੀਆਂ ਦੀ 12,000 ਤੋਂ ਵੱਧ ਤਨਖਾਹ ਹੈ ਉਹਨਾਂ ਨੂੰ ਇਹ ਜਿਹੜੀ ਸਕੀਮ ਦਾ ਲਾਭ ਨਹੀਂ ਮਿਲੇਗਾ। ਸੋ ਸਰਕਾਰ ਨੇ ਇਹੀ ਗੱਲ ਸੋਚੀ ਹੈ ਕਿ ਜਿਹੜੇ ਛੋਟੇ ਔਰ ਮਝਲੇ ਕਿਸਾਨ ਨੇ, 5 ਏਕੜ ਤੋਂ ਥੱਲੇ ਥੱਲੇ ਉਹਨਾਂ ਦੀ ਜ਼ਮੀਨ ਹੈ ਔਰ ਉਹਨਾਂ ਨੂੰ ਹੋਰ ਕੋਈ ਇਨਕਮ ਦਾ ਖਾਸ ਸੋਰਸ ਨਹੀਂ ਆ, ਠੀਕ ਹੈ ਨਾ, ਉਹਦੇ ਵਿੱਚ ਉਹਨਾਂ ਨੂੰ ਇਹਦਾ ਫਾਇਦਾ ਕੀਤਾ ਜਾਏਗਾ ਤਾਂ ਕਿ ਉਹ ਆਪਣਾ ਜਿਹੜਾ ਲਾਈਵਲੀਹੁੱਡ ਆ ਉਹਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੀ ਮਦਦ ਮਿਲ ਸਕੇ। ਸੋ ਇਹ ਗੱਲ ਬੜੀ ਕਲੀਅਰ ਹੈ। ਹੁਣ ਜਿੱਦਾਂ ਆਪਾਂ ਗੱਲ ਕੀਤੀ ਸੀਗੀ ਤੁਸੀਂ ਸੁਰਿੰਦਰ ਸਿੰਘ ਜੀ ਕਿ ਵੈਬਸਾਈਟ ਦੀ ਗੱਲ ਕੀਤੀ ਸੀਗੀ ਵੀ ਵੈਬਸਾਈਟ ਦੇ ਉੱਤੇ ਆਪਾਂ ਜਾ ਕੇ ਇਹ ਕਰ ਸਕਦੇ ਹਾਂ, ਉੱਤੇ ਸਕੀਮ ਜਿਹੜੀ ਲਾਂਚ ਕੀਤੀ ਆ, ਇਹ ਵੈਬਸਾਈਟ ਬਾਰੇ ਜਾਣਕਾਰੀ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ, ਜਿਹੜੇ ਘੱਟੋ ਘੱਟ ਇਸ ਜੇ ਦੇਖੋ ਆਪਾਂ ਦੇਖਦੇ ਹਾਂ ਕਿ 12 ਕਰੋੜ ਜ਼ਿਮੀਂਦਾਰ ਦੇਸ਼ ਪੱਧਰ ਦੇ ਉੱਤੇ ਸਕੀਮ ਦੇ ਨਾਲ ਜੁੜ ਰਿਹਾ, ਅਤੇ ਉਹ ਕੀ ਵੈਬਸਾਈਟ ਹੈ ਜਿਹਦੇ 'ਤੇ ਜਾ ਕੇ ਆਪਾਂ ਇਹ ਸਾਰਾ ਕੁਛ ਕੱਢ ਸਕਦੇ ਹਾਂ? ਚੋਪੜਾ ਸਾਹਿਬ, ਜਿਹੜੀ ਵੈਬਸਾਈਟ ਆ ਉਹ PM Kisan.NIC.in ਜਿਹੜੀ ਆ ਉਹ ਦੇਸ਼ ਪੱਧਰ 'ਤੇ ਜਿਹੜੀ ਲਾਂਚ ਕੀਤੀ ਗਈ ਹੈ। ਅੱਛਾ, ਇਹ ਸਭ ਤੋਂ ਪਹਿਲਾਂ ਜਿਹੜੀਆਂ ਇਹ ਜਿਹੜੀਆਂ ਜਿੰਨੀਆਂ ਵੀ ਸਵੈ ਘੋਸ਼ਣਾ ਫਾਰਮ ਨੇ ਉਹ ਕਿਸਾਨਾਂ ਵੱਲੋਂ ਜਦੋਂ ਪ੍ਰਾਪਤ ਹੋਣੇ ਨੇ ਉਹ ਸੁਸਾਇਟੀ ਪੱਧਰ 'ਤੇ ਜਾਂ ਜ਼ਿਲ੍ਹਾ ਪੱਧਰ 'ਤੇ ਉਹ ਜਿਹੜੇ ਫੀਡ ਕੀਤੇ ਜਾਣੇ ਨੇ, ਔਰ ਉਹ ਲਿਸਟਾਂ ਤਿਆਰ ਹੋ ਕੇ ਰੈਵਨਿਊ ਰਿਕਾਰਡ ਡਿਸਟ੍ਰਿਕਟ ਪੱਧਰ 'ਤੇ ਜਾਣੀਆਂ ਹਨ, ਉੱਥੇ ਜਿਹੜੀਆਂ ਉਹ ਵੈਰੀਫਿਕੇਸ਼ਨ ਹੋਣੀ ਹੈ, ਵੈਰੀਫਿਕੇਸ਼ਨ ਤੋਂ ਬਾਅਦ ਉਹ ਜਿਹੜੀ ਲਿਸਟ ਹੈ ਉਹ ਸਟੇਟ ਪੱਧਰ 'ਤੇ ਜਿਹੜੀ ਆ ਉਹ ਫੀਡ ਕੀਤੀ ਜਾਣੀ ਹੈ, ਔਰ ਜੋ ਸਟੇਟ ਪੱਧਰ 'ਤੇ ਹੈ ਡਾਕਟਰ ਗਵਰਨੈਂਸ ਰਿਫੋਰਮਸ ਉਹ ਜਿਹੜੀ ਇਸ ਜਿਹੜੀ ਹੈਗੀ ਹੈ ਉਹ ਸਿੱਧੀ PM Kisan.NIC.in ਵਿੱਚ ਜਿਹੜੀ ਕਿਸਾਨ ਪੋਰਟਲ ਹੈ ਉਹਦੇ ਵਿੱਚ ਫੀਡ ਕੀਤੀ ਜਾਣੀ ਹੈ, ਔਰ ਉਹ ਸਿੱਧੇ ਜਿਹੜੇ ਆ ਇਹ ਜਿਹੜੀ ਸਿੱਧੀ ਜੋ ਵੀ ਕਿਸਾਨ ਜਿਹੜਾ ਵੇਖਣਾ ਚਾਹੁੰਦਾ ਉਹਦੇ 'ਚ ਵੇਖ ਸਕਦੇ। ਇਹ ਸਕੀਮ ਜਿਸ ਤਰ੍ਹਾਂ ਤੁਸੀਂ ਦੇਖੋ ਜਲੰਧਰ ਜ਼ਿਲ੍ਹੇ ਦੇ ਤੁਸੀਂ ਮੁੱਖ ਖੇਤੀਬਾੜੀ ਅਫਸਰ ਹੋ ਆਪਣੇ ਨਾਜਰ ਸਿੰਘ ਜੀ, ਔਰ ਤੁਸੀਂ ਐਗਰੀਕਲਚਰ ਆਫੀਸਰ ਹੋ, ਜੇ ਆਪਾਂ ਦੇਖਦੇ ਹਾਂ ਕਿ ਜਲੰਧਰ ਦੇ ਵਿੱਚ ਤੁਹਾਡੇ ਕੋਲ ਹੁਣ ਦੇਖੋ
अज 25 दिन हो गए बजट जिहड़ा इंटरम बजट डिकलेयर किए नूं उस स्कीम बारे दस दिता सगा और सारे न्यूज़पेपर वगैरह दे विच पे आपां दसंबर 18 तो यह स्कीम लागू की है जिदे करके आपां 2000 रुपया मार्च तक जिमीदारां नूं दे देना। जलंधर दे विच तुहाडा की रिस्पोंस तुहानूं मिलिया तुहाडे जिमीदारां दा, तुहाडे सोसाइटियां भी इत्थे काफ़ी ने कि और तुसीं सीधे तौर ते उहनां जिमीदारां नाल जुड़े हुए हो इस ज़िले दे विच ते उही जो मैं समझदा कि बाकी ज़िलियां दे विच वी पोजीशन होएगी उहदे लई तुहानूं की रिस्पोंस है। जलंधर ज़िले दे विच 245 जिहड़ियां सोसाइटियां वा ये वर्क कर रही वा जी जी ये हुण तक 37,000 जिहड़े आ सहि घोषणा पत्र जिहड़े प्राप्त हो चुके आ जिन्हां विचों 32,000 जिहड़े आ पोर्टल ते जिहड़े आ अपलोड हो चुके आ बाकी जिहड़े आ उह वी जिहड़े आ जल्दी जिहड़े आ अपलोड हो जाणगे। अजे जिहड़े इहनां तों गिणती वध भी सकदी आ क्योंकि अजे अज शाम तक जिहड़े आ जिमीदारां ने सहि घोषणा जिहड़े पत्र आ देणे आ इहनां जिहड़े 25,000 आ चुके ने वो जिहड़े तुसीं उहदे चों 32,000 जिहड़े 37,000 दे विचों कर चुके पोर्ट ते चढ़ गए ने पोर्टल दे उत्ते वो सारे ठीक ने इहदा मतलब इह कि उहनां दी बिल्कुल इह मिलेगी उहनां दी अजे वेरीफिकेशन होणी आ। अच्छा रेवन्यू डिपार्टमेंट उहदे विच वेरीफिकेशन तों बाद जिहड़े सही पाए गए उन्हां नूं जिहड़े आ उहनां दे अकाउंट 'च जिहड़े पैसे जिहड़े सरकार वल्लों 2,000 रुपए जिहड़ी किस्त उपा दित्ती जाएगी। ये वेरीफिकेशन की गल की है सुरेंद्र सिंह जी इन्होंने चीफ एग्रीकल्चर ऑफिसर ने जी वेरीफिकेशन आ ये किस तरह की जाएगी जिहड़े जिहड़े जिमीदार ने जिथे जिथे है पिंडां दे विच उत्थे जा के उन्हां जिमीदारां नूं परसनली मिलिया जाएगा उन्हां दे कागज़ पत्र उत्थे देखे जाणगे जां पटवारी नूं इहदे च इनवॉल्व किया जाएगा ये की प्रोसीजर है ये किस तरह देखा जाएगा ताकि घट तो घट टाइम लगे वेरीफाई कर लिए और सानूं पता लग जाए कि किन्ने जिमीदार बिल्कुल सही तौर दे उत्ते साडे इसदे मैंबर ने और उन्हां नूं आपां पैसे ट्रांसफर कर सकीए। बिल्कुल चोपड़ा साहब जिस तरह मैं पहला तुहानूं दस्सिया सी भई जिहड़ी ये जिन्ने भी फार्म जिहड़े ने सोसाइटी पद्धर ते होने ने उन्होंने सारी सोसाइटी की जिहड़ी फार्म ने जी वो सारे अपने फीड कर देने ने फीड करन तो बाद उन्हां दी जिहड़ी लिस्ट आ वो उत्थे डिस्प्ले कर देनी है एक तो उत्थे जिहड़ी सारी वेरीफिकेशन हो जाएगी दूसरा जिहड़ा है जिहड़ी वो जिन्नी तैयार करके लिस्ट वो जदों रेवन्यू रिकॉर्ड जानी है और डिस्ट्रिक्ट लैवल के जिहड़े रेवन्यू ऑफिसर हैं वो अपने पद्धर के जिहड़े कर्मचारी उन्होंने जिहड़े वेरीफिकेशन कराउणगे और जे कोई उहदे विच कोई उहो जिहा कोई जिहड़ा कोई इस स्कीम का फायदा नहीं उठा सकता जी जी उहदे विचों डिलीट कर दिता जाएगा। सो ये जिला पद्धर से जिहड़ी इहदी वेरीफिकेशन होनी है इहदा सारा क्राइटेरिया देख के उहदे विच जदों उहनूं देखिया जाएगा उहदे अंदर विच चोण कीती जाएगी तो वह होएगा। तो हुण अपने जांदिआं जांदिआं डॉक्टर नाजर सिंह जी जदों देखो आपां इह देखदे आं स्कीम सरकार की सिंसैरिटी इस गल दे उत्ते नज़र आउंदी है कि अज 23-24 दिनां दे विच स्कीम जिद्दण तो लागू की आ देश पद्धर दे उत्ते तकरीबन 1 करोड़ जिहड़े जिमीदार नूं 2,000 रुपए तो वध उहनां दे खाते 'च ट्रांसफर कर दिता गया इहदा मतलब इन्नी तेज़ी दे नाल सारे जिहड़े अधिकारी ने वो काम कर रहे ने सरकार दे ताकि जिमीदारां नूं पैसा दिता जा सके इहदी क्रेडिटेबिलिटी दे उत्ते तुसीं की कमेंट्स देना चाहोगे। ये जिहड़ी स्कीम है ये जिहड़ा डाटा जिहड़ा इकट्ठा किया जा रहा सहि घोषणा पत्र के रूप दे विच कीता जा रहा वा ये जिहड़ा अपलोड हो जाएगा जिहड़ा पंजाब दे जिहड़े किसान आ उन्हां दे भी खात्यां दे विच जल्दी जिहड़ा आजूगा। ये जिहड़ा स्कीम है ये बहुत वधिया स्कीम है जी जिमीदारां वास्ते इन्हां दा छोटे ते समांत जिहड़े आ किसान आ उन्हां दा आर्थिक पत्र उच्चा चुकण वास्ते ये बहुत कारगर सिद्ध होएगी। ठीक ते ये सरकार वालों बहुत वधिया उपराला वा जी। तुसी चंद शब्दां च सुरेंद्र सिंह जी की कहना चाहोगे? हाँ चोपड़ा साहब वाकई जिस तरह डॉक्टर साहब ने दस्या है कि यह स्कीम जड़ी है क्योंकि छोटे तो समांत किसान जिस तरह क्योंकि कई बार हुंदा कि आपां कोई फसल खराब हो जाती है या कई बार रेट घट होण करके जिनी फसल है उहदा रेट भी एट पारी मिलता तो खर्चे भी कई बार साढ़े पूरे नहीं होंदे। सो ये कई बार चलो सानू जी 6,000 है साढ़े अपने खेती खर्चे जां कोई इनपुट्स खरीदना कोई थोड़ा बहुता उतना साड़ी एक माइक सहायता वजो ही अजी इहनू वेख रहे हाँ और हो सकता है सानू भी आस है कि आने वाले समय से इहदा कुछ ना कुछ किसानों नू लाभ जरूर होएगा। बहुत वधिया गल आ। सो इस तरह जिदा आपां इस स्कीम की अज गल की आ प्यारे साडे दर्शको जिहड़े किसानी दे नाल जुड़े हुए ने और 6,000 रुपया सरकार ने रखिया प्रधानमंत्री किसान सम्मान निधि योजना 2019। सो डॉक्टर नाजर सिंह और डॉक्टर सुरेंद्र सिंह तुसी इस बारे बड़े विस्तार दे नाल जानकारी दित्ती है जिहड़े साडे इस किते दे नाल जुड़े हुए ने वह वध तो वध इहदा फायदा लैणगे। सो इस जानकारी लई तुहाडा बहुत बहुत शुक्रिया।